टिकट मिलने तो बाद गुरदीप सिंह रंधावा का पहला बयान आया सामने, कहा दूजियां भारतीयां मतां चोण तों भज रहियां हन। गुरदीप सिंह रंधावा अज कलानौर शिव मंदिर विखे होए नतमस्तक। आम आदमी पार्टी वालों हलका डेरा बाबा नानक तों गुरदीप सिंह रंधावा नूं उम्मीदवार एलाने जाण तों बाद उन्हां वालों वख वख गुरधामां ते जा के मत्था टेकिया जा रहा है। अज सवेरे पहला श्री ध्यानपुर मंदिर नतमस्तक होए, उस तों बाद शिव मंदिर कलानौर विखे पहुंचे, मगरों धन धन संत बाबा हजारा सिंह जी निक्के घूमना वालियां ते जा के भी नतमस्तक होए। मीडिया नाल गलबात करदिया गुरदीप सिंह रंधावा ने कहा कि आम आदमी पार्टी वालों हल्के विच बहुत काम किए गए हैं, इस बार पार्टी वड्डी लीड नाल हल्के तों जित हासिल करेगी। उन्होंने कहा कि दूसरियां पार्टियां मैदान विच नितरन तों कन्नी कतरा रही हैं। उन्होंने कहा कि अजे तां शेर कला ही गज रहा है। आम आदमी पार्टी ने ਮੈਨੂੰ ਦੁਬਾਰਾ 2022 ਤੋਂ ਬਾਅਦ ਹੁਣ 2024 'ਚ ਜਿੰਨੀ ਇਲੈਕਸ਼ਨ ਵਾਸਤੇ ਜਿਹੜਾ ਮੇਰੇ 'ਤੇ ਯਕੀਨ ਵਿਸ਼ਵਾਸ ਕੀਤਾ, ਮੈਂ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਦੀ ਹਾਂ ਔਰ ਮੈਂ ਪਾਰਟੀ ਨੂੰ ਇਹ ਯਕੀਨ ਦਿਵਾਉਣਾ ਤੁਹਾਡੇ ਚੈਨਲ ਦੇ ਰਾਹੀਂ ਕਿ ਮੈਂ ਜਿਸ ਵਿਸ਼ਵਾਸ ਨਾਲ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ ਮੈਂ ਕਦੀ ਪਾਰਟੀ ਦਾ ਵਿਸ਼ਵਾਸ ਨਹੀਂ ਟੁੱਟਣਾ। ਦੇਖੋ ਪਹਿਲਾਂ ਸਾਡੀ ਆਮ ਆਦਮੀ ਪਾਰਟੀ ਮੁੱਦਿਆਂ ਦੀ ਲੜਾਈ 2022 'ਚ ਮੁੱਦਿਆਂ 'ਤੇ ਇਲੈਕਸ਼ਨ ਲੜੀ ਸੀ ਔਰ ਮੁੱਦਿਆਂ 'ਤੇ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ। 2.5 ਸਾਲ ਬੀਤਣ 'ਤੇ ਬਹੁਤ ਸਾਰੇ ਜਿਹੜੇ ਮੁੱਦੇ ਸੀਗੇ ਜਿਵੇਂ ਗਰੰਟੀਆਂ ਦੇ ਰੂਪ 'ਚ ਦਿੱਤੇ ਸੀ, 600 ਯੂਨਿਟ ਬਿਜਲੀ ਦਾ ਮਾਫ਼ੀ ਦਾ ਹੋਵੇ, ਚਾਹੇ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਮੈਡੀਕਲ ਦਾ ਮੁੱਦਾ ਹੋਵੇ, ਸਕੂਲ ਆਫ ਐਮੀਨੇਸ਼ਨ ਦੀ ਗੱਲ ਕਰਦੇ ਹਾਂ, ਠੀਕ ਆ, ਕਰਪਸ਼ਨ ਦੀ ਗੱਲ ਕਰਦੇ ਹਾਂ, ਆਪਾਂ ਸਾਰੇ ਮੁੱਦੇ ਜਿਹੜੇ ਆ ਉਹ ਕਾਫੀ ਹੱਦ ਤੱਕ ਪੂਰੇ ਵੀ ਕੀਤੇ ਨੇ। ਮੇਰੇ ਘਰ 2.5 ਸਾਲ 'ਚ 50,000 ਨੌਕਰੀ ਜਿਹੜੀ ਆ ਬਿਨਾਂ ਕਿਸੇ ਸਿਫਾਰਿਸ਼ ਦੇ ਬਿਨਾਂ ਕਿਸੇ ਰਿਸ਼ਵਤ ਦੇ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਦਿੱਤੀ ਆ। ਐਸੇ ਹੋਰ ਜਿਹੜੇ ਕੰਮ ਬੱਚੇ ਨੇ ਕੰਮ ਉਹ ਵੀ ਆਮ ਆਦਮੀ ਪਾਰਟੀ ਨੇ ਜਿਹੜੇ ਮੇਰੇ ਲੱਗ ਸੇਵਾ ਹੋਏਗੀ, ਮੈਂ ਵੀ ਆਪਣੀ ਤਨ ਦਿਨੋਂ ਜਿਹੜਾ ਉਹਦੀ ਕਰਨ ਦੀ ਕੋਸ਼ਿਸ਼ ਕਰਾਂ। ਦੇਖੋ ਜਿਹੜੇ ਦੋਵੇਂ ਇਤਿਹਾਸਿਕ ਥਾਂ ਨੇ, ਪਹਿਲਾਂ ਤਾਂ ਸੀਗਾ ਡੇਰਾ ਬਾਬਾ ਨਾਨਕ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ 'ਤੇ ਸੀਗਾ ਡੇਰਾ ਬਾਬਾ ਨਾਨਕ ਵਸਿਆ। ਉਹਦੇ 'ਚ ਸਾਡੇ ਵੱਡ ਵਡੇਰੇ ਬਾਬਾ ਜਿੱਤਾ ਰੰਧਾਵਾ ਜੀ ਉਹਨਾਂ ਦੀ ਸਪੈਸ਼ਲ ਉੱਥੇ ਖੇਤੀ ਕਰਦੇ ਰਹੇ, ਗੋਸ਼ਟੀ ਗੁਰੂ ਨਾਨਕ ਸਾਹਿਬ ਨਾਲ ਉਸੇ ਖੂਹ 'ਤੇ ਹੁੰਦੀ ਰਹੀ ਹੈ। ਦੂਸਰਾ ਇੱਥੇ ਸ਼ਿਵਜੀ ਮਹਾਰਾਜ ਦਾ, ਅਕਬਰ ਬਾਦਸ਼ਾਹ ਦਾ, ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਧਰਤੀ 'ਤੇ ਆਉਣਾ ਬੜਾ ਸੁਭਾਗੇ ਪ੍ਰਾਪਤ ਧਰਤੀ ਹੈ, ਬੜੀ ਪਵਿੱਤਰ ਧਰਤੀ ਹੈ। ਜਿਹੜੇ ਵੀ ਇਸ ਧਰਤੀ 'ਤੇ ਜਿਹੜੇ ਵੀ ਲੋਕਾਂ ਦੀ ਰਾਏ ਲੈ ਕੇ ਜਿਹੜੇ ਵੀ ਕੰਮ ਰੁਕੇ ਹੋਣਗੇ ਉਹ ਹਰ ਕੰਮ ਜਿਹੜਾ ਵਾ ਪਹਿਲ ਦੇ ਆਧਾਰ 'ਤੇ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂ। ਨਹੀਂ ਤਾਂ ਕੋਈ ਵੀ ਧੜੇਬੰਦੀ ਨਹੀਂ ਹੈਗੀ ਸਾਡੀ ਪਾਰਟੀ 'ਚ, ਕੋਈ ਧੜੇਬੰਦੀ ਨਹੀਂ। ਉਹ ਹਰ ਇੱਕ ਬੰਦੇ ਦਾ ਹੱਕ ਬਣਦਾ ਟਿਕਟ ਮੰਗਣਾ, ਇਹਦੇ 'ਚ ਕੋਈ ਉਹਦੇ 'ਚ ਦੋ ਰਾਏ ਵਾ ਨਹੀਂ ਹੈ, ਟਿਕਟ ਮੰਗਣ ਹੱਕ ਦੇ ਹੱਕ ਆ। ਦੂਜੀਆਂ ਪਾਰਟੀਆਂ ਨੇ ਤਾਂ ਹੱਕ ਹੀ ਖੋ ਲਿਆ, ਕੋਈ ਕਾਂਗਰਸ ਬੰਦਾ ਕੋਈ ਉਮੀਦਵਾਰ ਹੈਗਾ ਕੋਈ ਦੂਜਾ ਸੈਕਿੰਡ ਜਾਂ ਦੂਜੀਆਂ ਪਾਰਟੀਆਂ 'ਚ? ਆਮ ਆਦਮੀ ਪਾਰਟੀ ਹੈ ਜਿੱਥੇ ਹਰ ਇੱਕ ਨੂੰ ਮੌਕਾ ਦਿੱਤਾ ਜਾਂਦਾ, ਦਰਜਾ ਬਦਰਜਾ ਹਰ ਇੱਕ ਦਾ ਇਤਮਾਨ ਜਿਹੜਾ ਆਮ ਆਦਮੀ ਪਾਰਟੀ ਰੱਖਦੀ। ਸਾਡੀ ਆਮ ਆਦਮੀ ਪਾਰਟੀ 'ਚ ਅਸੀਂ ਕੋਈ ਫੁੱਟ ਨਹੀਂ ਡੇਰਾ ਬਾਬਾ ਨਾਲ। ਮੁਕਾਬਲਾ ਕਿੱਦਾਂ ਦੇਖਦੇ? ਮੁਕਾਬਲੇ 'ਚ ਅਜੇ ਕੋਈ ਆਇਆ ਹੀ ਨਹੀਂ, ਮੈਂ ਕਿਹਦੇ ਨਾਲ ਮੁਕਾਬਲਾ ਦੱਸਾਂ? ਕੋਈ ਅਨਾਊਂਸ ਕਰੇ ਦੂਜੀਆਂ ਪਾਰਟੀਆਂ ਤਾਂ ਮੈਂ ਤੁਹਾਨੂੰ ਮੁਕਾਬਲਾ ਵੀ ਦੱਸਦਾ, ਮੈਂ ਕਿਹਦੇ ਨਾਲ ਕਰਨਾ? ਅਜੇ ਤਾਂ ਇਕੱਲਾ ਹੀ ਸ਼ੇਰ ਨਹੀਂ, ਲਾ ਕੇ ਕੱਪੜੇ ਖਾੜੇ 'ਚ ਭੱਜਾ ਫਿਰਨ ਡਿਆ। ਹੁਣ ਕੋਈ ਸਾਹਮਣੇ ਆਊਗਾ ਤਾਂ ਮੈਂ ਤੁਹਾਨੂੰ ਦੱਸ ਦੂੰਗੀ ਫਲਾਣੇ ਨਾਲ ਮੁਕਾਬਲਾ ਹੋਣਾ। ਮੈਂ ਜਨਤਾ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਤੁਹਾਡੀ ਵੋਟ ਹੈ, ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਨਾ, ਇਹ ਮਤਦਾਨ ਹੈ ਕਿ ਮਤ ਤੁਹਾਡੀ ਦਾਨ ਵਜੋਂ ਤੁਸੀਂ ਵੋਟ ਕਿਸੇ ਨੂੰ ਦੇਣੀ ਹੈ, ਤੁਸੀਂ ਬੜੀ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰਨਾ, ਜਿਹੜਾ ਤੁਹਾਡੀ ਵੋਟ ਦਾ ਹੱਕਦਾਰ ਹੈ ਵੋਟ ਉਹਨੂੰ ਪਾਉਣਾ, ਧੜੇ ਬਾਜੀ ਤੋਂ ਉੱਪਰ ਉੱਠ ਕੇ ਵੋਟ ਦਾ ਇਸਤੇਮਾਲ ਕਰੋ ਔਰ ਚੰਗੇ ਬੰਦੇ ਜਿਹੜੇ ਅੱਗੇ ਲੈ ਕੇ ਆਓ, ਜਿਹੜੀ ਸਮਾਜ ਦੀ ਸੇਵਾ ਜਿਹੜੀ ਆ ਉਹ ਕਰ ਸਕਦੇ ਹੋ।